लड़ाई होगी। वो देखो गुड मॉर्निंग फ्रॉम दूध पत्थरी। सूरज चढ़ गया सवेर के बज गए 7, बड़ा ही जबरदस्त नींद आई। रात नैटवर्क है नहीं सी, असी जल्दी सौ गए सी 8 बजे, मैनू 2 बजे भी जाग आ गई सी सवेरे। तो इतने ट्रैक है अगे घंटे का, तो होर भी बहुत खूबसूरत है अगे जी तुसी कैंपिंग वगैरह करनी है पहाड़ चढ़ के। स्वाद आ गया यार बाकी जी रात ना, ये सारा आसे पास लॉक करके सुते जी भी कोई कांड ना हो जाए उरे पूरा ना, पर सेफ है यार उरे कोई चक्कर नहीं। बुलट असी ने इतने लाता सी अपने कमरे के सामने जा ता जो सानू देखता रहे। पार्क बड़ा घेंट है यार, त्रेल पै रही है देखो सारी, रात ही पै गई सी 8 बजे। वाह क्या आनंद है यार। आप आ गए ट्रैकिंग करने वास्ते, तो इतों बहुत थावां ते तुसीं ट्रैकिंग कर सकते हो। 6-5 पॉइंट ने, सनसैट पीक है, 8 घंटे की ट्रैकिंग है, तो 5-6 घंटे की है ट्रैकिंग। ज़्यादातर कोटी ग्लेशियर तक भी जा सकते हो जिते हुण भी बर्फ मिलेगी तुहानू, पर आपां घंटे वाली करांगे दिक्षल मैडोस। तो अगे ना यार मैदान ने, जो तुसीं ट्रैकिंग करोगे जन्नत ही है। कैंपिंग वगैरह लैके आई हूँ, मतलब एक्सट्रीम लैवल का एडवेंचर होगा। तो आ शाली गंगा रिवर है, ट्रैकिंग शुरू किए सू 10 मिनट हो गए लगभग, असं उरे पहुँच गए। इतों ना कोई साइन बोर्ड, ना पता किधर नू जाना। एक ना यार इंसान सब तो बकवास लगता है मैनू, देखो इंडिया अपने भारत वाले खास करके गंद देखियो कि पैसा वाले ने, अकल ही नहीं हैगी कि सोहनी थान जमा रूड़ी बना रहे। राह सू जमा नहीं पता, असं ये सारे जा रहे हैं बस जो बनी हुई है। 30 मिनट हो गए, एक होर मैदान जा गया एवें यार, सू कुछ समझ नहीं आ रहा किधर जाइए। तो आ पत्थर जे दे लिखे है कुछ, ये भी मिटाया है सुमार के, तो उधर भी पत्थर दे लिखे है। तो मेरे हिसाब न उरे यार तुसी किसी जानकार बंदे नाल आई हो, असी सवेरे ही आ गए, हजे 8:20 ही हुई ने, दोपहर शायद उरे टूरिस्ट आते होने या शाम को। ਆਪਾਂ ਟਰੈਕਿੰਗ ਕਰਕੇ ਆ ਗਏ ਅੱਧੀ ਕਾ, ਕਿਉਂਕਿ ਰਾਹ ਨਹੀਂ ਪਤਾ ਸੀ, ਤਾਂ ਵੱਜ ਕੇ 9। ਤਾਂ ਇੱਥੋਂ ਦੇ ਜਿਹੜੇ ਲੋਕਲ ਲੋਕ ਰਹਿੰਦੇ ਨੇ, ਹੋਰ ਕੈਸੇ ਹੋ ਚਾਚਾ? ਬਸ ਠੀਕ ਸਰ। ਠੀਕ ਹੈ, ਅੱਛਾ ਚੱਲਦਾ ਹੈ ਕਾਰੋਬਾਰ? ਸਰ ਚੱਲਦਾ ਅੱਛਾ। ਤੋ ਆਪ ਕਿਆ, ਇਹ ਗੋੜੇ ਆਪਕੇ ਹੈਂ? ਗੋੜਾ ਮੇਰਾ। ਔਰ ਕਿਆ ਹੈ ਆਪਕਾ? ਔਰ ਗਾਈ ਹੈ। ਗਾਈ ਹੈ, ਪੇੜ ਛੇੜ ਹੈ। ਅੱਛਾ ਆ ਦੇਖੋ ਘੋੜੇ ਚੱਲ ਰਹੇ ਆ ਬਾਬੇ, ਉਹ ਲੋਕਲ ਲੋਕਾਂ ਦੀ ਤੁਹਾਨੂੰ ਜ਼ਿੰਦਗੀ ਦਿਖਾਉਣਾ, ਬਹੁਤ ਸੋਹਣਾ ਪਲੇਸ ਹੈ। ਆ ਦੇਖੋ ਗਾਇਆਂ ਗੂਇਆਂ, ਕੱਚੇ ਘਰ ਨੇ ਇਹਨਾਂ ਨੇ ਬਣਾਏ ਹੋਏ ਟੈਂਪਰੇਰੀ। ਆ ਇਹਨਾਂ ਨੇ ਲੱਕੜਾਂ ਇਕੱਠੀਆਂ ਕਰੀਆਂ ਹੋਈਆਂ ਨੇ, ਤਾਂ ਕੱਚੇ ਘਰ ਨੇ ਬਹੁਤ ਸੋਹਣੇ ਲੱਕੜਾਂ ਦੇ ਬਣਾਏ ਹੋਏ ਟੈਂਪਰੇਰੀ। ਇਸਕੇ ਅੰਦਰ ਕਿਆ ਹੈ, ਇਸਕੇ ਅੰਦਰ ਕਿਆ ਹੈ? ਬੇੜੇ ਹੈ। ਆ ਬਾਬੇ ਅੰਦਰੋਂ ਘਰ ਹੈ ਦੇਖੋ, ਕੱਚਾ, ਇੱਥੇ ਰਹਿੰਦੇ ਹੈ ਸਾਰੇ। ਜੂਤਾ ਲਿਆ ਤੋ ਜਬ ਸਰਦੀ ਪੜਤੀ ਹੈ ਤਬ ਵੀ ਆਪ ਯਹਾਂ ਪਰ ਹੀ ਰਹਿਤੇ ਹੋ? ਫਿਰ ਨੀਚੇ ਚਲੇ ਜਾਤੇ ਹੋ, ਮਤਲਬ ਗਰਮੀ ਗਰਮੀ ਮੇ ਰਹਿਤੇ ਹੋ? ਆ ਦੇਖੋ ਬੇਬੇ, ਆ ਪੋਚਾ ਲਾ ਰਹੀ ਹੈ। 4 ਮਹੀਨੇ ਰਹਿਤੇ ਹੈ ਨਾ? ਓਕੇ ਓਕੇ, ਫਿਰ ਵਾਪਸ ਜਾਤੇ। ਆ ਕੱਚਾ ਘਰ ਹੈ ਦੇਖੋ ਬਾਬੇ ਪੂਰਾ। ਅਸੀਂ ਲੋਕਲ ਲੋਕਾਂ ਨਾਲ ਗੱਲਬਾਤ ਕੀਤੀ ਹੈ, ਗਰਮੀ ਗਰਮੀ ਉਰੇ ਰਹਿੰਦੇ ਆ, ਤਾਂ ਕੱਚੇ ਘਰਾਂ 'ਚ, ਸਿਆਲ 'ਚ ਹੇਠਾਂ ਚਲੇ ਜਾਂਦੇ ਆ ਪਿੰਡਾਂ ਪੁੰਡਾਂ 'ਚ। ਦੁੱਧ ਪੱਥਰੀ ਇਹਦਾ ਨਾਂ ਕਿਉਂ ਪਿਆ? ਇਹ ਦੇਖੋ ਕਿੰਨਾ ਖੂਬਸੂਰਤ ਪਲੇਸ ਹੈ, ਕਿਉਂਕਿ ਉਰੇ ਇੱਕ ਫਕੀਰ ਹੋਇਆ ਕਰਦਾ, ਰੋਜ਼ ਨਮਾਜ਼ ਪੜਿਆ ਕਰਦਾ। ਇੱਕ ਰੋਜ਼ਾ ਉਹਨੂੰ ਨਮਾਜ਼ ਪੜ੍ਹਨ ਵਾਸਤੇ ਪਾਣੀ ਨਹੀਂ ਮਿਲਿਆ, ਉਹ ਲੱਭ ਰਿਹਾ ਸੀ, ਤਾਂ ਪੱਥਰ ਦੇ ਵਿੱਚੋਂ ਦੁੱਧ ਨਿਕਲ ਰਿਹਾ ਸੀ ਹੈ ਨਾ, ਤਾਂ ਫਿਰ ਉਹਨੇ ਕਿਹਾ ਵੀ ਦੁੱਧ ਪੀਣ ਵਾਸਤੇ ਹੈ, ਖਰਾਬ ਕਰਨ ਵਾਸਤੇ ਨਹੀਂ ਚਾਹੀਦਾ। ਫਿਰ ਉਹ ਤੋਂ ਬਾਅਦ ਬਸ ਇਹਦਾ ਨਾਂ ਦੁੱਧ ਪੱਥਰੀ ਹੋ ਗਿਆ, ਅਤੇ ਦੁੱਧ ਪਾਣੀ ਬਣ ਗਿਆ ਸੀ। ਆ ਘੋੜਾ ਜਿਹਾ ਚੱਲ ਰਿਹਾ ਛੋਟਾ ਜਿਹਾ, ਅਤੇ ਇਹ ਛੋਟੀ ਜਿਹੀ ਬੱਚੀ ਹੈ ਉਰੇ, ਇਹਦਾ ਘੋੜਾ ਹੈ। ਆ ਭਾਈ ਸਾਹਿਬ ਨੇ, ਇਹ ਉਹਨਾਂ ਦੀ ਲੜਕੀ ਹੈ, ਤਾਂ ਬੇਟੀ ਦਾ ਵੀ ਦਿਲ ਕਰਿਆ ਵੀ ਅੱਜ ਮੈਂ ਵੀ ਘੁੰਮਣੇ ਚੱਲੂੰਗੀ ਆਪਕੇ ਸਾਥ। ਤੋ ਕਿਤਨੇ ਘੋੜੇ ਹੈ ਆਪਕੇ? ਇੱਕ ਹੀ ਘੋੜਾ ਹੈ। ਤੋ ਕਿਤਨੇ ਕਮਾ ਲੈਂਦੇ ਹੋ ਹਰ ਰੋਜ਼? ਕੋਈ ਰੋਜ਼ ਕਮਾਤਾ ਹੈ 500। 500 ਗੁਜ਼ਾਰਾ ਹੋ ਜਾਂਦਾ ਹੈ? ਕੋਈ ਕੁਛ ਨਹੀਂ, ਕੁਛ ਨਹੀਂ,
ਆਰਾਮ ਚੜਦਾ ਆਪਾਂ ਨੇ ਘੋੜੇ ਤੇ ਬੰਦੇ ਦਾ ਇੱਕ ਹੀ ਘੋੜਾ ਹੈ ਕਹਿੰਦਾ ਯਾਰ ਕੱਲ ਵੀ ਮੈਂ ਖਾਲੀ ਹੱਥ ਵਗ ਗਿਆ ਹੁਣ ਵੈਸੇ ਤਾਂ ਅਸੀਂ ਚੜ੍ਹਨਾ ਨਹੀਂ ਸੀ ਕਿਉਂਕਿ ਗੁਲਮਾਰਗ ਅਸੀਂ ਚੜ੍ਹ ਗਏ ਸੀ ਤਾਂ ਮੈਂ ਚੱਲ ਯਾਰ ਵਧੀਆ ਨਹੀਂ ਲੱਗਿਆ ਸਾਨੂੰ ਫੀਲ ਹੋਇਆ ਥੋੜ੍ਹਾ ਤਾਂ ਜਿੱਥੇ ਅਸੀਂ ਰੁਕੇ ਆ ਨਾ ਉਦੋਂ ਥੋੜ੍ਹਾ ਜਿਹਾ ਅੱਗੇ ਰਾਤ ਅਸੀਂ ਡਿਨਰ ਕਰਕੇ ਗਏ ਸੀ ਆ ਰੈਸਟੋਰੈਂਟ ਹੈ ਦੇਖ ਲਓ ਲਜ਼ੀਜ਼ ਇਹਨਾਂ ਨੇ ਯਾਰ ਬਿਰਿਆਨੀ ਮਸਤ ਬਣਾਈ ਸੀ ਤਾਂ ਅਸੀਂ ਹੁਣ ਸਵੇਰੇ ਆਏ ਹਾਂ ਔਰ ਇਹ ਥੋੜ੍ਹਾ ਮੋਟਾ ਖਾਣ ਪੀਣ ਵਾਸਤੇ ਸਾਡੀ ਗਰਮਾ ਗਰਮ ਮੈਗੀ ਆ ਗਈ ਨਾਲ ਅਸੀਂ ਨੇ ਚਾਹ ਮੰਗਾਈ ਹੈ ਰੋਟੀ ਰਾਟੀ ਉਰੇ ਮਿਲਦੀ ਨਹੀਂ ਯਾਰ ਮੈਗੀ ਖਾ ਕੇ ਆ ਗਏ ਹੁਣ ਆਪਾਂ ਨੇ ਸਮਾਨ ਲਾਗੇ ਜੇ ਤੇ ਲੋਡ ਕਰਨੇ ਜਾਣਾ ਹੈ ਅੱਗੇ ਨੂੰ ਅੱਜ ਸਾਡਾ ਪਤਾ ਨਹੀਂ ਅਸੀਂ ਸ਼੍ਰੀਨਗਰ ਜਾਣਾ ਜਾਂ ਪਹਿਲਗਾਮ ਤਾਂ ਕਨਫਿਊਜ਼ਨ ਹੈ ਜਦੋਂ ਅਸੀਂ ਨੇ ਅਕੋਮੋਡੇਸ਼ਨ ਲਈ ਸੀ ਤਾਂ ਉਹ ਭਾਈ ਨੇ ਪਹਿਲਾਂ ਪੁੱਛਿਆ ਸੀ ਵੀ ਤੂੰ ਇਕੱਲਾ ਹੈ ਤੇਰੇ ਨਾਲ ਜੈਂਟ ਹੈ ਜਾਂ ਲੇਡੀ ਹੈ ਮੈਂ ਗਿਆ ਸੀ ਉਹਦੇ ਕੋਲੇ ਪੁੱਛਣਾ ਕੀ ਕਹਿੰਦਾ ਮੈਨੂੰ ਕਹਿੰਦਾ ਕਿਤਨੇ ਜਾਣੇ ਹੋ ਗਰੁੱਪ ਹੈ ਆਪਕਾ ਮੈਂ ਨਹੀਂ ਹਮ ਦੋ ਜਾਣੇ ਹੈ ਕਹਿੰਦਾ ਠੀਕ ਹੈ ਕਹਿੰਦਾ ਫਿਰ ਆਦਮੀ ਹੈ ਕਿ ਜੈਂਟਸ ਹੈ ਕਿ ਲੇਡੀਜ਼ ਹੈ ਮੈਂ ਕਿਹਾ ਜੈਂਟਸ ਹੈ ਫਿਰ ਠੀਕ ਹੈ ਕਹਿੰਦਾ ਜੇ ਲੇਡੀਜ਼ ਕਹਿੰਦਾ ਤਾਂ ਉਹ ਪੈਸੇ ਹਾਂ ਜੇ ਲੇਡੀਜ਼ ਨਾਲ ਤਾਂ ਪੈਸੇ ਵੱਧ ਭਰਾ ਤਾਂ ਲੇਡੀ ਮਹਿੰਗੀ ਪੈਂਦੀ ਚਲੋ ਹੁਣ ਇਹਦੇ ਕਰਦੇ ਆ ਬੈਗ ਆਪਾਂ ਵਕਤ ਆ ਗਿਆ ਸਮਾਨ ਬੁਲਟ ਤੇ ਲੱਦਣ ਦਾ ਬਾਬੇ ਲੜਾਈ ਹੋ ਗਈ ਮਸ਼ਹੂਰੀ ਦੇਖੋ ਬਹੁਤ ਦੇਖੋ ਪਏ ਯਾਰ ਆਪਾਂ ਇਹਨੂੰ ਛੱਡ ਕੇ ਫਾਈਨਲੀ ਗੁੱਡ ਬਾਏ ਦੁੱਧ ਪੱਥਰੀ ਨੂੰ ਤਾਂ ਆਪਾਂ ਜਾ ਰਹੇ ਹਾਂ ਸ਼੍ਰੀਨਗਰ ਨੂੰ ਸਵਾਦ ਬਹੁਤ ਆਇਆ ਦੇਖੋ ਟੂਰਿਸਟ ਵੀ ਆਉਣੇ ਸ਼ੁਰੂ ਹੋ ਗਏ ਸਵੇਰੇ ਸਵੇਰੇ ਅਤੇ ਬਾਕੀ ਜਿੱਥੇ ਅਸੀਂ ਰੁਕੇ ਸੀ ਇਹ ਗੌਰਮੈਂਟ ਦਾ ਹੰਟ ਹੈ ਇਹਨੂੰ ਤੁਸੀਂ ਔਨਲਾਈਨ ਵੀ ਬੁੱਕ ਕਰ ਸਕਦੇ ਹੋ ਜੰਮੂ ਕਸ਼ਮੀਰ ਦੀ ਵੈਬਸਾਈਟ 'ਤੇ ਤਾਂ ਇਹ ਪੂਰਾ ਸੇਫ ਹੈ ਜੇ ਤੁਸੀਂ ਫੈਮਿਲੀ ਨਾਲ ਆ ਰਹੇ ਹੋ ਤਾਂ ਬਜਟ ਫਰੈਂਡਲੀ ਵੀ ਹੈ ਅਤੇ ਲੋਕੇਸ਼ਨ ਬਹੁਤ ਜ਼ਿਆਦਾ ਘੈਂਟ ਹੈ ਤਾਂ ਜਿਹਨੇ ਜਿਉਂਦੇ ਜੀ ਸਵਰਗ ਦੇਖਣੇ ਨਾ ਤੁਸੀਂ ਆ ਜਾਈਓ ਉਰੇ ਤਾਂ ਅਨੰਦਪੁਰ ਆਓ ਪੰਜ ਦਸ ਕੁ ਕਿਲੋਮੀਟਰ ਆ ਕੇ ਖੜੇ ਹਾਂ ਯਾਰ ਬ੍ਰੇਕ ਇਹਦੇ ਲੱਗਣੋਂ ਹਟ ਗਏ ਲੈਦਰ ਘੱਸ ਗਏ ਡਰੰਮ ਬ੍ਰੇਕਾਂ ਦਾ ਹੀ ਪੰਗਾ ਹੁੰਦਾ ਅਗਲੇ ਤਾਂ ਡਿਸਕ ਨੇ ਕਿਉਂਕਿ ਇਹ ਘੱਸ ਜਾਂਦੇ ਆ ਲੈਦਰ ਅਤੇ ਹੁਣ ਚੱਲ ਅਸੀਂ ਉੱਥੇ ਚਾਹ ਵੀ ਪੀਂਦੇ ਹਾਂ ਕੁਛ ਆਹ ਮੱਕੀ ਦੀ ਰੋਟੀ ਹੈ ਬਾਬਿਓ ਦੇਖੋ ਅਤੇ ਆਹ ਸਬਜ਼ੀ ਆ ਲੋਕੀ ਦੀ ਸਰਸੋਂ ਦਾ ਸਾਗ ਹੈ ਉਹ ਸਾਗ ਦੇਖੋ ਇਹ ਸਾਗ ਹੈ ਇਹ ਕੈਸਾ ਸਾਗ ਹੈ ਸਬਜ਼ੀ ਨਾ ਯਾਰ ਇੱਥੇ ਐਂ ਆਹ ਕਲੀਨ ਵਿਛਾਈ ਹੁੰਦੀ ਹੈ ਕੰਬਲ ਵਗੈਰਾ ਤਾਂ ਐਂ ਬਹਿ ਕੇ ਇੱਥੇ ਰੋਟੀ ਛਕਾਉਂਦੇ ਆ ਜੋ ਵੀ ਤੁਸੀਂ ਖਾਣਾ ਚਾਹੇ ਚਾਹ ਸਾਰੇ ਕਿਧਰੇ ਹੀ ਦੇਖੋ ਆਹ ਭਾਈ ਸਾਹਿਬ ਨੇ ਇਹ ਥਾਂ ਥਾਂ ਨੇ ਬਹੁਤ ਬਹੁਤ ਜਗ੍ਹਾ ਨੇ ਆਪਣਾ ਖਾਣਾ ਆ ਗਿਆ ਮੱਕੀ ਦੀ ਰੋਟੀ ਉੱਪਰ ਅਚਾਰ ਐਵੇਂ ਦਾ ਇਹ ਸਾਗ ਬਣਾਉਂਦੇ ਆ ਟੇਸਟ ਕਰਕੇ ਦੇਖਦੇ ਹਾਂ ਕਿਵੇਂ ਲੱਗਿਆ ਤੈਨੂੰ ਇਹ ਮੈਨੂੰ ਤਾਂ ਵਧੀਆ ਲੱਗਿਆ ਗੁੱਡਾ ਪੂਰਾ ਗੁੱਡਾ ਇੱਕ ਮੱਕੀ ਦੀ ਰੋਟੀ ਸਾਗ ਨਾਲ ਅਤੇ ਚਾਰ ਨਾਲ 50 ਰੁਪਈਆਂ ਦੀ ਹੈ ਤਾਂ ਅਸੀਂ ਨੇ ਦੋ ਦੋ ਖਾਈਆਂ ਨੇ 200 ਰੁਪਈਆ ਹੋ ਗਿਆ ਸੀ ਸਾਡਾ ਤਾਂ ਪਹਾੜੀ ਮੱਕੀ ਬੜੀ ਘੈਂਟ ਹੁੰਦੀ ਹੈ ਮੈਂ ਤੁਹਾਨੂੰ ਦੱਸਿਆ ਸੀ ਤਾਂ ਉਰੇ ਯਾਰ ਜੇ ਕਾਰਗੁਰ 'ਤੇ ਆਏ ਹੁੰਦੇ ਨਾ ਤਾਂ ਕੱਲ੍ਹ ਅਸੀਂ ਉੱਥੇ ਚੱਕੀ 'ਤੇ ਖੜ੍ਹੇ ਸੀ ਉਹਨਾਂ ਤੋਂ ਆਟਾ ਲੈ ਜਾਂਦੇ ਮੱਕੀ ਦਾ ਹੋਰ ਅਖਰੋਟ ਅਖਰੂਟ ਕਾਸਾ ਸਮਾਨ ਲੈ ਜਾਂਦੇ ਪਰ ਕਾਰ ਬਹੁਤੀਆਂ ਥਾਵਾਂ 'ਤੇ ਜਾ ਵੀ ਨਹੀਂ ਸਕਦੀ ਜਿਹੜਾ ਇਹ ਰੋਡ ਹੈ ਨਾ ਯਾਰ ਸ਼੍ਰੀਨਗਰ ਨੂੰ ਜਾਂਦਾ ਦੁੱਧ ਪੱਥਰੀ ਤੋਂ ਇਹ ਬਹੁਤ ਜ਼ਿਆਦਾ ਟੁੱਟਿਆ ਹੋਇਆ ਅਤੇ ਇਹਦੇ ਵਿੱਚ ਜਿਹੜੇ ਕਸਬੇ ਜੇ ਨੇ ਬਹੁਤ ਜ਼ਿਆਦਾ ਆਉਂਦੇ ਨੇ ਪਿੰਡ ਪਿੰਡ ਜਿਵੇਂ ਦੇ ਰੋਡ ਆਪਾਂ ਨੂੰ ਪਿੱਛੇ ਮਿਲਿਆ ਹੁਣ ਤੱਕ ਉਵੇਂ ਦਾ ਰੋਡ ਨਹੀਂ ਹੈਗਾ ਇਹ ਅਤੇ ਬਾਕੀ ਟ੍ਰੈਫਿਕ ਵੀ ਕਾਫੀ ਹੈ ਇਹ ਰੋਡ 'ਤੇ ਅਤੇ ਬੱਸਾਂ ਵਾਲੇ ਯਾਰ ਬਹੁਤ ਜ਼ਿਆਦਾ ਤੰਗ ਕਰਦੇ ਨੇ ਉਰੇ ਟੈਕਸੀਆਂ ਟੁਕਸੀਆਂ ਵਾਲੇ ਮਸਾਂ ਹੀ ਸਾਈਡ ਦਿੰਦੇ ਆ ਜੇ ਯਾਤਰਾ ਦਾ ਤੁਹਾਨੂੰ ਸਵਾਦ ਆ ਰਿਹਾ ਤਾਂ ਵੀਡੀਓ ਸ਼ੇਅਰ ਕਰ ਦਿਆ ਕਰੋ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਯਾਰ ਮੈਨੂੰ ਹੌਸਲਾ ਮਿਲਦਾ ਅਤੇ ਅੱਜ ਦੇ ਵਲੌਗ 'ਚ ਤੁਹਾਨੂੰ ਕੀ ਵਧੀਆ ਲੱਗੇ ਜ਼ਰੂਰ ਦੱਸਿਓ ਬਾਕੀ ਮੇਰਾ ਤਾਂ ਮੋਹ ਹੀ ਪੈ ਗਿਆ ਯਾਰ ਕਸ਼ਮੀਰ ਅਤੇ ਸ਼੍ਰੀਨਗਰ ਨਾਲ ਤਾਂ ਪਲਾਨ ਤਾਂ ਸਾਡਾ ਇੱਥੋਂ ਪਹਿਲਗਾਮ ਜਾਣ ਦਾ ਸੀ ਪਰ ਜੋ ਸਾਡੀ ਮੇਨ ਯਾਤਰਾ ਹੈ ਜਿੱਥੇ ਜੋ ਅਸੀਂ ਘੁੰਮਣਾ ਹੈ ਉਹ ਲੱਦਾਖ ਹੀ ਹੈ ਕਿਉਂਕਿ ਜੇ ਅਸੀਂ ਹੁਣ ਕਸ਼ਮੀਰ ਹੀ ਘੁੰਮੀ ਗਏ ਤਾਂ ਅਸੀਂ ਥੱਕ ਜਾਂਗੇ ਕਿਉਂਕਿ ਜੋ ਲੱਦਾਖ ਦੇ ਰਾਹ ਨੇ ਉਹ ਉੱਖੜ ਖੁੱਬੜ ਨੇ ਅਤੇ ਬਹੁਤ ਜ਼ਿਆਦਾ ਐਲਟੀਟਿਊਡ 'ਤੇ ਹੈ ਤਾਂ ਹੁਣ ਸਾਨੂੰ ਸ਼ਾਇਦ ਲੱਦਾਖ ਵੱਲ ਨਿਕਲਣਾ ਚਾਹੀਦਾ ਬਾਕੀ ਅਸੀਂ ਸ਼੍ਰੀਨਗਰ ਪਹੁੰਚ ਕੇ ਡਿਸਾਈਡ ਕਰਦੇ ਹਾਂ ਕੀ ਕਰਨਾ ਕੀ ਨਹੀਂ ਤਾਂ ਤੁਹਾਨੂੰ ਹੁਣ ਸ਼੍ਰੀਨਗਰ ਹੀ ਮਿਲਾਂਗੇ ਅਤੇ ਬਾਕੀ ਆ ਦੇਖ ਲਓ ਐਵੇਂ ਜਾਂ ਬਾਹਲੇ ਕਸਬੇ ਜੇ ਨੇ ਉਹਦੇ ਰਾਹ 'ਚ ਅਸੀਂ ਪਹੁੰਚ ਗਏ ਗੁਰੂ ਘਰ ਸ਼੍ਰੀਨਗਰ ਅਤੇ ਪਹਿਲਗਾਮ ਅਸੀਂ ਨਹੀਂ ਜਾਣਾ ਉਹ ਪਲਾਨ ਕੈਂਸਲ ਹੈ ਤਾਂ ਅਸੀਂ ਨੇ ਇੱਕ ਤਾਂ ਬਾਈਕ ਦੀ ਸਰਵਿਸ ਕਰਾਉਣੀ ਹੈ ਅਤੇ
थोड़ी रेस्ट करनी है तो सानू मिल गया भाई साहब साइकिल से लद्दाख घूम गया ये गुजरात तो बसंत बिहार बाइकर हाँ तो यह साइकिल है बाबे देखो बंदे का कैंपिंग कुंपिंग इनू तीन चार दिन हो गए रुके नू मजा आ रहा ट्रिप में चलो ये बंदे आप अजे कहानियां सुना ये भी अजूरी है तो आप अपना समान रख दें कमरे च रॉयल इनफील्ड के शोरूम आए हैं तो ये जी BSX बाइक ने ना इन की पहली सर्विस 500 से होंगी दूजी 5000 से जी पुरानी सी है ना उन्होंने 5000 से 3-4 सर्विस हो जाती है सी तो हम अभी एक तो ऑयल चैकअप कराना एक ब्रेक नहीं लग रहे एक वॉश भी करानी है बहुत ज़्यादा गंदी होगी तो काफ़ी कुछ कराना है चैक म पूरा चैकअप कराने क्योंकि अगे थोड़े जे राह ऑफ रोडिंग होगी जो जिला पास अभी क्रॉस करना है तो अभी बैठे हाँ कि इन्हें भेजू अच्छा थैंक यू साडा भरा चाह लै गया थैंक यू क्या नाम है भैया आपका रियाज ये बिस्कुट लिया देखो स्पैशल टाइगर टाइगर का नहीं है असं खा के बन जाए जिहड़ा नवा बंदा हुंदा ना वह बाइक नूं देख के भुलेखा खा जांदा है भी ये किसी ट्रैवलर की है क्योंकि है ना नॉर्मल जी गल है पैनियर से लगे ने पर सर्विस बाइक है मतलब एजेंसी की होंगी है सर्विस ऑन व्हील तो जे थोड़ा किधर भी दिल करे सर्विस कराने राह रूह च रोड़ियां च तो फोन करो एजेंसी रॉयल इनफील्ड दिन लेके आ जाएंगे उत्थे ही करेंगे सर्विस आ देखो ये अपनी मुठ्ठी की सेफ्टी वास्ते उंगलों की वास्ते फाइनली वॉश हो गया बुलट तो ल्यूब्रिकेंट रह गया ला रहे बैंगलोर तो यह पंजाबी है अमृतसर तो यह फैमिली बैकग्राउंड तो यह काफ़ी घूमया कश्मीर वधिया लगे इन्हें घूम लिखे लै बाबे अपनी बाइक रेडी हो गई वॉश कर ली हूँ आप थोड़ा शहर का गेड़ा ला के आने सूनू दिखाने थोड़ा जहा रिव्यू की गलबात है इधर ही है ना सही है ठंड हो गई यार काफ़ी फ्लो चला रहा मैं जान के ताजी ताजी सर्विस सुरबिस कराई है वाह इन्होंने बाबे घंटे का सायरन छड़ रखे ये शायद उरे दे कश्मीर दी जिहड़ी लोकल कमांडो कमूंडो होंदे ओही ने आर्मी वाले का मैं लगते नहीं है आ देखो एक गल होर बाबे उरे जो वाइन वून शॉप ने ना 9 बजे बंद हो जांदियां ने तां पहला लईओ तां जिहड़े ओह मुंडे मैनू मिले सी ना काफ़ी दिन हो गए जिहड़े पेटी चक्की फिरदे सी उन्हां नूं पुछिआ सी वी मैं पेटी क्यों चक्की फिरदे हो कहिंदे बई उरे महंगी है मतलब डबल रेट से मिलती है जो बोतल का रेट 500 है नॉर्मल प्रिंट रेट तो यह 1000 की देंदे आ मैं यदा पता नहीं रीज़न तो कोई पता नहीं लग्या बाकी लेनू जा रहे थे यार जे तुम लेनू जा रहे हो ना तो मैं तो कहूँगा भी अवॉइड करियो लिक्विड अलकोहल क्योंकि यार बहुत हाइट है ना उत्थे ऑक्सीजन की तो उ प्रॉब्लम है बाकी भरा थोड़ी मर्जी है इतों की फेमस मार्केट आ गई खाने वाली जी मैं थोड़ा दस्या आप आ गए गेड़ी छेड़ी दे के माइक चैक करके क्योंकि अज खराब हो गया माइक तो ब्लॉग जो वधिया लग्या लाइक करियो शेयर करियो जे नवें हो तो चैनल सबसक्राइब करियो।